नमस्कार दोस्तों, निरोग जीवन संस्थान के यूट्यूब चैनल आरबीलाई मीडिया में आपका स्वागत। अपडेट फाजिलका से आ रही है। फाजिलका के फिरोजपुर रोड पर गांव लालोवाली के समीप हुई सड़क दुर्घटना में एक युवक की मौत हो गई है, जबकि एक व्यक्ति घायल हो गया। घायल को फाजिलका के सिविल अस्पताल में भर्ती करवाया गया। दिक्कत से यह हादसा हुआ है। जानकारी के अनुसार अबोहर निवासी युवक अपने मालिक के साथ जलालाबाद की ओर से वापस लौट रहा था कि गांव लालोवाली के समीप यह हादसा हुआ। हादसे में दोनों व्यक्ति घायल हो गए, जिन्हें उपचार के लिए फाजिलका के सिविल अस्पताल में भर्ती किया गया, जिनमें से एक की हालत को गंभीर देखते हुए उसे श्री गंगानगर रेफर कर दिया। श्री गंगानगर में युवक की मौत हो गई। आज उसके शव को फाजिलका के सिविल अस्पताल की मोर्ची में रखवाया गया, जहाँ पर थाना सदर पुलिस द्वारा कार्रवाई की जा रही है। दिक्कत से यह हादसा हुआ है, बीती शाम यह हादसा हुआ बताया जा रहा है। आपको लाइव कवरेज दिखा रहा हूं, बने रहे मेरे साथ, देखते रहे मेरा चैनल। अब मैं आपको मिलवाने जा रहा हूं मृतक युवक के परिजनों से। विधिकता से आरोप लगा रहे हैं। आरबी लाइव मीडिया किसी तरह के आरोपों की पुष्टि नहीं करता है। आरबी लाइव मीडिया आपका अपना चैनल, सब्सक्राइब करना न भूलें। अमरजोत सिंह सर कितों रहने सर? अब और तो जी ਇਹ ਸਰ ਕੀ ਹੋਇਆ, ਕਿਵੇਂ ਹਾਦਸਾ ਹੋਇਆ? ਕੱਲ੍ਹ ਸ਼ਾਮੀ ਜਾ ਰਹੇ ਸੀ ਫਾਜ਼ਿਲਕਾ ਟੱਪੇ ਪੁਲ ਕੋਲ, ਉਸ ਵਕਤ ਮੋਟਰਸਾਈਕਲ ਨਾਲ ਐਕਟੀਵਾ ਐਕਸੀਡੈਂਟ ਹੋ ਗਿਆ। ਕਾਹਤੇ ਜਾ ਰਹੇ ਸਰ? ਐਕਟੀਵਾ 'ਤੇ ਸੀ ਜੀ। ਐਕਸੀਡੈਂਟ ਕਾਹਦੇ ਨਾਲ ਹੋਇਆ? ਬਾਈਕ ਨਾਲ ਹੋਇਆ ਸੀ ਜੀ। ਕਿੰਨੀ ਉਮਰ ਹੈਗੀ ਹੈ? 20 ਸਾਲ ਹੋ ਜੀ। ਅਤੇ ਨਾਮ ਕੀ ਇਹਨਾਂ ਦਾ? ਹਰਜੀਤ ਸਿੰਘ। ਕੰਮ ਜੀ ਕਿੱਥੋਂ ਰਹਿਣ ਵਾਲੇ ਸਰ? ਸਰ ਮੈਂ ਨਾਮ ਮੇਰੀ ਗਲੀ ਨੰਬਰ 0 ਬੋਰਡ ਦਾ ਰਹਿਣ ਵਾਲਾ ਜੀ। ਸਰ ਕੀ ਹਾਦਸਾ ਹੋਇਆ? ਸਰ ਕੱਲ੍ਹ ਮੈਨੂੰ ਨਾ 7 ਵਜੇ ਦੇ ਫੋਨ ਆਇਆ ਮੈਨੂੰ, ਅਤੇ ਮੈਨੂੰ ਐਂ ਲੱਗਿਆ ਜਿਵੇਂ ਮੇਰੇ ਮਿੱਤਰ ਕੋਈ ਭਰਾ ਦਾ ਫੋਨ। ਮੈਂ ਕਿਹਾ ਸਰ 9 ਵਜੇ ਤੋਂ ਬਾਅਦ ਫੋਨ ਕਰਦਾ ਹੁੰਦਾ, ਮੈਨੂੰ 7 ਵਜੇ ਫੋਨ ਕਿਵੇਂ ਆ ਗਿਆ ਦਾ? ਅਤੇ ਮੈਂ ਫੋਨ ਚੱਕਿਆ ਅਤੇ ਕੋਈ ਅਣਜਾਣ ਬੰਦਾ ਬੋਲਿਆ ਅਤੇ ਕਹਿੰਦਾ ਵੀਰੇ ਅਰਜੀਤ ਤੁਹਾਡਾ ਕੀ ਲੱਗਦਾ? ਮੈਂ ਕਿਹਾ ਵੀਰੇ ਦੱਸੋ ਮੈਨੂੰ। ਕਹਿੰਦਾ ਵੀਰੇ ਐਂ ਕਰਕੇ ਨਾ ਇੱਥੇ ਕਹਿੰਦਾ ਫਾਜ਼ਿਲਕਾ ਦੇ ਅੱਗੇ ਕੋਈ ਪਿੰਡ ਹੈਗਾ ਕੋਈ, ਅਤੇ ਉੱਥੇ ਕਹਿੰਦਾ ਨਹੀਂ ਇਹਨਾਂ ਦਾ ਐਕਸੀਡੈਂਟ ਹੋ ਗਿਆ, ਅਤੇ ਤੁਸੀਂ ਜਲਦੀ ਆਣ ਕੇ ਨਾ ਕਹਿੰਦਾ ਇਹਨੂੰ ਲੈ ਜਾਓ ਹਸਪਤਾਲ, ਕਹਿੰਦਾ ਸੱਟਾਂ ਬਹੁਤ ਵੱਜ ਗਈਆਂ ਇਹਨਾਂ ਦੇ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰੇ ਤੁਹਾਨੂੰ ਜਿਵੇਂ ਹੁੰਦਾ ਤੁਸੀਂ ਜਲਦੀ ਜਲਦੀ ਕਰਕੇ ਨਾ ਤੁਸੀਂ ਐਂਬੂਲੈਂਸ 'ਚ ਪਾਓ, ਸਰਕਾਰੀ ਹਸਪਤਾਲ ਦਾਖਲ ਕਰਾਓ, ਉਦੋਂ ਬਾਅਦ ਕਹਿੰਦਾ ਆਪੇ ਆ ਕੇ ਬੋਰਡ ਸੰਭਾਲ ਲੂੰਗਾ ਫਾਜ਼ਿਲਕਾ ਕੇ। ਉਹਨਾਂ ਵਿਚਾਰ ਨੇ ਫਾਜ਼ਿਲਕਾ ਭੇਜਤਾ ਮੁੰਡੇ ਨੂੰ, ਫਾਜ਼ਿਲਕਾ ਭੇਜਤਾ, ਅਤੇ ਉਦੋਂ ਬਾਅਦ ਮੈਂ ਫਾਜ਼ਿਲਕਾ ਆ ਗਿਆ ਜੀ। ਫਾਜ਼ਿਲਕਾ ਆਇਆ ਅਤੇ ਉਦੋਂ ਬਾਅਦ ਇਹਨਾਂ ਨੇ ਦੇਤਾ ਜਵਾਬ, ਕਹਿੰਦੇ ਵੀ ਸਾਡੇ ਕੋਲ ਨਹੀਂ ਹੋਣਾ ਗਾ ਅਤੇ ਤੁਸੀਂ ਇਹਨੂੰ ਗੰਗਾਨਗਰ ਲੈ ਜਾਓ। ਚਲੋ ਜੀ ਠੀਕ ਹੈ ਜੀ, ਗੰਗਾਨਗਰ ਲੈ ਕੇ ਜਾਣ ਲੱਗੇ ਅਤੇ ਉਦੋਂ ਮੇਰਾ ਭਰਾ ਮਤਲਬ ਵੀ ਬੋਲਦਾ ਜੀ ਥੋੜ੍ਹਾ ਥੋੜ੍ਹਾ, ਅਤੇ ਮੈਂ ਐਂਬੂਲੈਂਸ ਦੇ ਵਿੱਚ ਬੈਠਾ ਅਤੇ ਮੈਂ ਗੁਰਜੀਤ ਨੂੰ ਪੁੱਛਿਆ, ਮੈਂ ਗੁਰਜੀਤ ਵੀਰੇ ਕਹਿੰਦਾ ਮੈਂ ਕੀ ਤੇਰੇ ਨਾਲ ਬਣਿਆ ਕੀ ਇਹ ਵੀ ਐਂ ਕਿਵੇਂ ਤੁਸੀਂ ਵਿੱਚ ਵੱਜ ਗਏ? ਅਤੇ ਇਹ ਕਹਿੰਦਾ ਯਾਰ ਅਸੀਂ ਨਾ ਫਾਜ਼ਿਲਕਾ ਕਹਿੰਦਾ ਗਏ ਸੀਗੇ ਵੀ ਗੱਡੀ 'ਤੇ, ਰੱਜਤ ਅਤੇ ਰੱਜਤ ਦਾ ਬੁੱਢਾ ਅਤੇ ਮੈਂ, ਅਤੇ ਕਹਿੰਦਾ ਸਾਡੇ ਕੋਲ 3 ਬਹਿ ਕੇ ਗਏ ਸੀ ਬੂਟਾਂ ਦੇ ਵਿੱਚ, ਅਤੇ ਕਹਿੰਦਾ ਅਸੀਂ ਨਾ ਫਿਰ ਡੈਡੀ ਨੇ ਕੀ ਕੀਤਾ, ਕਹਿੰਦਾ ਨਾ ਰਿਸ਼ਤੇ ਦੀ ਫਾਜ਼ਿਲਕਾ ਰੋਕ ਆਉਂਦੇ ਹਾਂ ਅਤੇ ਕੀ ਕਹਿੰਦੇ ਨੇ ਉੱਥੋਂ ਫਿਰ ਆਪਾਂ ਚਲੇ ਜਾਵਾਂਗੇ ਬੋਰ, ਅਤੇ ਰੱਜਤ ਕੋਈ ਜਾ ਗੱਲ ਜਾ ਰਹੀ, ਕਹਿੰਦਾ ਯਾਰ ਕਿਸੇ ਬੰਦੇ ਕੋਲ ਪੇਮੈਂਟ ਲੈਣੀ ਹੈ ਆਪਾਂ ਜਲਾਲਾਬਾਦ ਦੇ ਕੋਲੋਂ, ਅਤੇ ਉੱਥੋਂ ਪੇਮੈਂਟ ਲੈ ਕੇ ਆਉਂਦੇ ਹਾਂ। ਇਹ ਕਾਰ ਤਾਂ ਲੈ ਕੇ ਨਹੀਂ ਗਿਆ ਫਿਰ ਆਪਦੀ, ਇਹਨੇ ਸਕੂਟਰੀ ਚੱਕ ਲਿਆ ਰਿਸ਼ਤੇਦਾਰਾਂ ਦੀ, ਸਕੂਟਰੀ ਚੱਕ ਕੇ ਅਤੇ ਜਾਂਦੀ ਵਾਰੀ ਕਹਿੰਦੇ ਸਹੀ ਗਏ ਸੀ ਅਤੇ 70-80 ਚਲਾਈ ਇਹਨੇ ਸਕੂਟਰੀ, ਅਤੇ ਜਦੋਂ ਆਉਂਦੀ ਵਾਰੀ ਅਜੀਤ ਬੋਲਿਆ, ਅਜੀਤ ਕਹਿੰਦਾ ਯਾਰ ਵੀ ਰਜਤ ਹੌਲੀ ਕਰਦਾ ਸਕੂਟਰੀ, ਇਹਨੇ ਹੌਲੀ ਨਹੀਂ ਕੀਤੀ ਸਕੂਟਰੀ, ਕਹਿੰਦਾ ਨਹੀਂ ਐਂ ਹੀ ਚੱਲੂਗੀ, ਅਤੇ ਅਜੀਤ ਕਹਿੰਦਾ ਕਹਿੰਦਾ ਨਾ ਯਾਰ, ਕਹਿੰਦਾ ਤੂੰ ਹੌਲੀ ਚਲਾ, ਐਂ ਹੌਲੀ ਕਰਦੇ ਕਰਦੇ ਚੱਕਰਾਂ ਇੰਨੇ ਸਿੱਧੀ ਵਿੱਚ ਰਾਬੀਆਂ ਨੇ ਕੱਟ ਕੀ ਕਰਨ ਲੱਗਿਆ ਕਿਵੇਂ ਕਰਨ ਲੱਗਿਆ, ਅੱਗੋਂ ਸਪਲੈਂਡਰ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਸੀਗਾ, ਉਹਨਾਂ ਵਿੱਚ ਵੱਜੀ ਟੱਕਰ ਇਹਨਾਂ ਦੋਵਾਂ ਦੀ ਮੌਕੇ 'ਤੇ। ਕਹਿੰਦੇ ਉਦੋਂ ਮੇਰੇ ਕੋਲ ਫੋਨ ਆਇਆ ਮੁੰਡਿਆਂ ਦਾ, ਕਹਿੰਦੇ ਵੀਰੇ ਐਂ ਕਰਕੇ ਐਕਸੀਡੈਂਟ ਹੋ ਗਿਆ ਤੁਸੀਂ ਜਲਦੀ ਆਓ ਮੇਰੇ ਕੋਲ। ਕਿੰਨਾ ਕੁ ਮੌਕੇ 'ਤੇ ਪਹੁੰਚ ਨਹੀਂ ਸਕਿਆ ਉੱਥੇ, ਫਿਰ ਉਹਨਾਂ ਨੇ ਐਂਬੂਲੈਂਸ 'ਤੇ ਪਾ ਕੇ ਇੱਥੇ ਫਾਜ਼ਿਲਕਾ ਰੈਫਰ ਕਰ ਦਿੱਤਾ ਜੀ। ਸਰ ਜੋ ਮ੍ਰਿਤਕ ਹੋਇਆ ਉਹ ਕੀ ਲੱਗਦੇ ਤੁਹਾਡੇ? ਮੇਰਾ ਸਕਾ ਭਰਾ ਅਰਜੀਤ ਹੈ ਜੀ। ਕਿੰਨੀ ਉਮਰ ਹੈ ਉਹਨਾਂ ਦੀ? ਉਹਨਾਂ ਦੀ 20-21 ਸਾਲ ਉਮਰ ਹੋ ਗਈ। ਅਤੇ ਕੰਮ ਕਿੱਥੇ ਕਰਦੇ ਜੀ? ਇਹ ਰੱਜਤ ਬੂਟਾਂ ਦਾ ਕੰਮ ਹੈ, ਰੱਜਤ ਦਾ ਜੀ ਆਪਣੀ ਗਲੀ ਰਹਿੰਦਾ ਜੀ। ਕਿੱਥੋਂ ਦਾ ਘਰ ਰੱਜਤ? ਅਤੇ ਇਹ ਹੈਗਾ ਆਨੰਦਨਗਰ ਗਲੀ ਨੰਬਰ 7 ਦਾ ਜੀ। ਕਿੱਥੋਂ ਰਹਿਣ ਵਾਲੇ? ਕਿਹੜਾ ਸ਼ਹਿਰ? ਆਨੰਦਨਗਰ ਗਲੀ ਨੰਬਰ 5 ਦਾ ਹੈਗਾ ਜੀ। ਸ਼ਹਿਰ ਕਿਹੜਾ ਸਰ? ਸ਼ਹਿਰ ਬੋਰ ਜੀ। ਇਹ ਕੱਲ੍ਹ ਕਿੰਨੇ ਵਜੇ ਕਰਨਾ ਕੀ ਹੈ? ਇਹ ਮੇਰੇ ਕੋਲ ਆਇਆ 7:10 ਦਾ, 7:10 ਅਤੇ 7:15 ਵਜੇ ਫੋਨ ਮੇਰੇ ਕੋਲ ਆਇਆ ਜੀ। ਅਤੇ ਕਿੰਨੇ ਜਣੇ ਫੱਟੜ ਹੋਏ, ਕਿੰਨੇ ਜਣੇ ਸੱਟਾਂ ਵੱਜੀਆਂ, ਕਿੰਨੇ ਜਣੇ ਮੌਕੇ 'ਤੇ ਕੀ ਹੋਇਆ ਸੀ? ਇਹ ਤਾਂ ਮੇਰਾ ਇੱਕ ਭਰਾ ਸੀ ਅਤੇ ਇੱਕ ਰੱਜਤ ਹੈਗਾ ਸੀ ਜੀ। ਜੀ ਇਹ ਦੋਵੇਂ ਮਤਲਬ ਕਿ ਉੱਥੇ ਜਦੋਂ ਡਿੱਗੇ ਆ, ਕਹਿੰਦੇ ਵੀ ਸਾਨੂੰ ਵੀ ਹੋਸ਼ਿਆ ਸੀ, ਮਿਲ ਜੀ ਮਿਲੇ ਮੁੰਡੇ, ਕਹਿੰਦੇ ਨਾਲ ਫਿਰ ਐਂਬੂਲੈਂਸ 'ਤੇ ਜੀ ਬਾਇਆ ਸੀ ਇਹਨਾਂ ਨੂੰ। ਅਤੇ ਬਸ ਜੀ ਕੋਈ ਮੰਗ ਨਹੀਂ, ਬਸ ਮੈਨੂੰ ਇਨਸਾਫ ਚਾਹੀਦਾ ਜੀ। ਜੀ ਸਰ, ਸਰ ਦੇਖੋ ਜੀ ਮੇਰਾ ਭਰਾ ਛੋਟਾ ਜਿਹਾ ਹੈਗਾ ਜੀ, ਬੱਚਾ ਉਮਰ ਹੈਗੀ ਜੀ 20-21 ਸਾਲ ਦੀ ਜੀ। ਅਗਲਾ ਮਾਲਕ ਕੰਮ ਕਰਦਾ ਰੱਜਤ ਕੋਲ ਜੀ, ਆਪਾਂ ਤਾਂ ਐਂ ਚਾਹੁੰਦੇ ਵੀ ਆਪਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ, ਵੀ ਕੁੱਲ ਮਿਲਾ ਕੇ ਇਨਸਾਫ ਮਿਲ ਜਾਵੇ ਜੋ ਮਿਲਣਾ ਚਾਹੀਦਾ ਆਪਾਂ ਨੂੰ।